ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਨਲ ਲੈ ਕੇ ਹਾਜ਼ਰ ਇੱਕ ਖਾਸ ਖਬਰ। ਜਲੰਧਰ ਦੇ ਮਸ਼ਹੂਰ ਟਿੱਕੀਆਂ ਵਾਲੇ ਚੌਂਕ 'ਚ ਸਥਿਤ ਦੁਕਾਨਾਂ ਨੂੰ ਨਗਰ ਨਿਗਮ ਵੱਲੋਂ ਦੁਬਾਰਾ ਕਾਰਵਾਈ ਕਰਦੇ ਇੱਕ ਵਾਰ ਫਿਰ ਹਟਾਇਆ ਗਿਆ। ਨਾਲ ਹੀ ਨਜ਼ਦੀਕ ਪੈਂਦੇ ਇਲਾਕਿਆਂ 'ਤੇ ਵੀ ਕਾਰਵਾਈ ਕੀਤੀ ਗਈ। ਦੱਸ ਦਈਏ ਕਿ ਪਹਿਲਾਂ ਵੀ ਨਗਰ ਨਿਗਮ ਵੱਲੋਂ ਇਸੇ ਤਰ੍ਹਾਂ ਕਾਰਵਾਈ ਕਰ ਦੁਕਾਨਾਂ ਹਟਾਈਆਂ ਗਈਆਂ ਸਨ। ਪਿਛਲੇ ਦਿਨੀ ਜਲੰਧਰ ਦੇ ਮਸ਼ਹੂਰ ਟਿੱਕੀਆਂ ਵਾਲੇ ਚੌਂਕ ਤੋਂ 50 ਸਾਲਾਂ ਤੋਂ ਨਜਾਇਜ਼ ਢੰਗ ਨਾਲ ਚੱਲ ਰਹੀਆਂ ਦੁਕਾਨਾਂ ਨੂੰ ਨਗਰ ਨਿਗਮ ਦੁਆਰਾ ਹਟਾਇਆ ਗਿਆ ਸੀ, ਜਿਸ ਦੇ ਬਾਅਦ ਅੱਜ ਫਿਰ ਇਸੇ ਚੌਂਕ 'ਤੇ ਦੁਬਾਰਾ ਕਾਰਵਾਈ ਕੀਤੀ ਗਈ ਅਤੇ ਦੁਬਾਰਾ ਦੁਕਾਨਾਂ ਨੂੰ ਹਟਾਇਆ ਗਿਆ। ਇਨ੍ਹਾਂ ਹੀ ਨਹੀਂ, ਨਾਲ ਲੱਗਦੇ ਇਲਾਕਿਆਂ ਵਿੱਚ ਵੀ ਕਾਰਵਾਈ ਕੀਤੀ ਗਈ। ਇਸ ਸੰਬੰਧ ਵਿੱਚ ਨਗਰ ਨਿਗਮ ਇੰਸਪੈਕਟਰ ਸੁਭਾਸ਼ ਗਿੱਲ ਨੇ ਦੱਸਿਆ ਹੈ ਕਿ ਟਿੱਕੀਆਂ ਵਾਲੇ ਚੌਂਕ ਉੱਪਰ ਬਿਜਲੀ ਦਾ ਟ੍ਰਾਂਸਫਾਰਮ ਹੈ ਅਤੇ ਦੁਕਾਨਾਂ ਵਾਲਿਆਂ ਵੱਲੋਂ ਇੱਥੇ ਗੈਸ ਸਿਲੰਡਰ ਜਲਾ ਕੇ ਕੰਮ ਕੀਤਾ ਜਾਂਦਾ ਹੈ, ਜਿਸ ਨਾਲ ਕੋਈ ਵੀ ਦੁਰਘਟਨਾ ਘਟ ਸਕਦੀ ਹੈ। ਉੱਥੇ ਹੀ ਬਾਜ਼ਾਰ ਵਿੱਚ ਟ੍ਰੈਫਿਕ ਦੀ ਸਮੱਸਿਆ ਸੰਬੰਧੀ ਵੀ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਕੱਲ੍ਹ ਇੱਥੇ ਕਾਰਵਾਈ ਕੀਤੀ ਜਾਵੇਗੀ। ਪਿੱਛੇ ਮੇਅਰ ਸਾਹਿਬ ਕੌਂਸਲਰ ਸਾਹਿਬ ਦੇ ਹੁਕਮਾਂ ਨਾਲ ਇਹਨਾਂ ਨੂੰ ਚੁਕਾਇਆ ਸੀਗਾ ਅਤੇ ਇਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਜਗ੍ਹਾ ਦੇਵਾਂਗੇ। ਇਹ ਚਾਹੁੰਦੇ ਹੈ ਕਿ ਸਾਨੂੰ ਇੱਥੇ ਹੀ ਬੈਠੇ ਰਹਿਣ ਦਿੱਤਾ ਜਾਵੇ, ਜਦਕਿ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ। ਉੱਪਰ ਟ੍ਰਾਂਸਫਾਰਮਰ ਹੈਗਾ, ਕਿਸੇ ਵੇਲੇ ਵੀ ਕੋਈ ਬਹੁਤ ਵੱਡੀ ਘਟਨਾ ਵਾਪਰ ਸਕਦੀ ਹੈ। ਪਾਣੀ ਦਾ ਕੰਮ ਹੈ, ਗੈਸ ਸਿਲੰਡਰ ਬਲਦੇ ਆ ਇਹ, ਇਹਨਾਂ ਨੂੰ ਇਸ ਚੀਜ਼ ਤੋਂ ਪਹਿਲਾਂ ਵੀ ਕਈ ਵਾਰੀ ਰੋਕਿਆ, ਨਹੀਂ ਮੁੜੇ ਇਹ। ਵਾਰ ਵਾਰ ਸਾਨੂੰ ਆ ਕੇ ਰਿਕੁਐਸਟ ਕਰਨੀ ਪੈਂਦੀ ਇਹਨਾਂ ਨੂੰ, ਹੁਣ ਸਾਨੂੰ ਫਿਰ ਇਹਨਾਂ ਦਾ ਸਮਾਨ ਚੁੱਕਣਾ ਪੈਣਾ। ਸਰ, ਟਿੱਕੇ ਚੌਂਕ ਤੋਂ ਇਲਾਵਾ ਵੀ ਬਾਜ਼ਾਰ 'ਚ ਵੀ ਕਾਰਵਾਈ ਕੀਤੀ ਗਈ? ਬਾਜ਼ਾਰ 'ਚ ਵੀ ਕਾਰਵਾਈ ਕੀਤੀ ਹੈ ਜੀ, ਸਾਰੇ ਔਰ ਸਾਰੇ ਬਾਜ਼ਾਰ 'ਚ ਕਾਰਵਾਈ ਹੁੰਦੀ ਰਹੇਗੀ। ਸਰ, ਇੱਕ ਜਿਹੜੀ ਟ੍ਰੈਫਿਕ ਦੀ ਸਮੱਸਿਆ ਵੀ ਹੁੰਦੀ ਹੈ, ਜਿਹੜੇ ਦੁਕਾਨਦਾਰ ਆਪਣੀ ਗੱਡੀਆਂ ਵਗੈਰਾ ਵੀ ਲਾ ਦਿੰਦੇ, ਉਹਦੇ ਬਾਰੇ ਤੁਸੀਂ ਐਕਸ਼ਨ? ਵੈਸੇ ਨਹੀਂ ਲਾਉਣੀਆਂ ਚਾਹੀਦੀਆਂ। ਟ੍ਰੈਫਿਕ ਪੁਲਿਸ ਵਾਲਿਆਂ ਨਾਲ ਸਾਡਾ ਕੱਲ੍ਹ ਦਾ ਟਾਈਅਪ ਹੋਇਆ ਹੈ ਜੀ, ਸ਼ੁੱਕਰਵਾਰ ਦਾ, ਅਤੇ ਇਹਨਾਂ ਨੂੰ ਵੀ ਗੱਡੀਆਂ ਨੂੰ ਵੀ ਰਿਮੂਵ ਕੀਤਾ ਜਾਊਗਾ। ਸਰ, ਕੀ ਨਾਮ ਆਪਣਾ? ਸੁਭਾਸ਼ ਗਿੱਲ, ਇੰਸਪੈਕਟਰ। ਨਗਰ ਨਿਗਮ ਦੇ ਅਧਿਕਾਰੀ ਨੇ ਕਿਹਾ ਕਿ ਬਾਜ਼ਾਰ 'ਚ ਟ੍ਰੈਫਿਕ ਸੰਬੰਧੀ ਵੀ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਹੈ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲਿਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।